ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਇੱਕ ਵਾਰੀ ਫਿਰ ਤੋਂ ਸੋਮਜੀਤ ਹੇਅਰ। ਅੱਜ ਦੀ ਜਿਹੜੀ ਵੀਡੀਓ ਆਪਾਂ ਗੱਲ ਕਰ ਰਹੇ ਹਾਂ, ਉਹ ਬਹੁਤ ਜਾਣੇ ਤੋਂ ਪੁੱਛਿਆ ਗਿਆ ਵਾ ਉਹਦੇ ਬਾਰੇ। ਸੋ ਉਹਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਮੈਨੂੰ ਲੱਗਦਾ ਕਿ ਰੈਲੇਵੈਂਟ ਆ ਅਤੇ ਤੁਹਾਨੂੰ ਦੱਸਣੀ ਚਾਹੀਦੀ ਉਹਦੇ ਬਾਰੇ। WHS ਬਾਰੇ ਜਿੱਦਾਂ ਆਪਾਂ ਪਹਿਲਾਂ ਵੀਡੀਓਸ 'ਤੇ ਗੱਲ ਕੀਤਾ ਹੋਇਆ ਕਿ WHS ਹੀ ਹੁੰਦਾ ਵਰਕ ਹੈਲਥ ਐਂਡ ਸੇਫਟੀ, ਇਹਦੇ ਸਿਮਿਲਰਲੀ ਇੱਕ ਕਨਸੈਪਟ ਹੁੰਦਾ ਵਾ ਜਿਹਨੂੰ ਆਪਾਂ ਕਹਿੰਦੇ ਹਾਂ OHS, ਓਕਿਊਪੇਸ਼ਨਲ ਹੈਲਥ ਐਂਡ ਸੇਫਟੀ। ਇਹ ਕਾਹਦੇ ਵਾਸਤੇ ਸਟੈਂਡ ਕਰਦਾ, ਇਹ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ ਵਾ। ਸੋ ਬਹੁਤ ਜਣਿਆਂ ਨੂੰ ਪਤਾ ਹੋਊਗਾ, ਪਰ ਬਹੁਤ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਵੀਡੀਓ ਦੇਖ ਲੈਣ। ਬਟ ਵੀਡੀਓ ਦੇਖਣ ਤੋਂ ਪਹਿਲਾਂ ਪਲੀਜ਼, ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਜੇ ਤੁਸੀਂ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ, ਅਤੇ ਜੇ ਤੁਸੀਂ ਸ਼ੇਅਰ ਨਹੀਂ ਕਰਦੇ ਜਾਂ ਕਮੈਂਟ ਨਹੀਂ ਕਰਦੇ ਤਾਂ ਉਹੀ ਕਰ ਦਿਓ। ਸੋ ਆਪਾਂ ਇਹਦੇ ਬਾਰੇ ਗੱਲ ਕਰਾਂਗੇ, ਔਰ ਪਲੱਸ ਵੀਡੀਓ ਦੇ ਥੱਲੇ ਥੈਂਕਸ ਦਾ ਬਟਨ ਹੁੰਦਾ, ਜੇ ਤੁਸੀਂ ਚਾਹੁੰਦੇ ਹੋ ਦਿਲੋਂ ਪਿਆਰ ਤਾਂ ਤੁਸੀਂ ਉਹ ਥੈਂਕਸ ਵੀ ਕਰ ਸਕਦੇ ਹੋ ਬਾਏ ਡੋਨੇਟਿੰਗ ਮਨੀ। ਬਟ ਆਹ ਮਨੀ 100% ਕਿਸੇ ਨੇਕ ਕੰਮ 'ਤੇ ਜਾਊਗੀ, ਇਹ ਮੇਰਾ ਵਾਅਦਾ ਵਾ। ਅਤੇ ਤਾਂ ਮੈਂ ਦੱਸੂਗਾ ਵੀ ਇਹਦਾ ਲਾਸਟ ਦੇ ਵਿੱਚ ਕਿੱਥੇ ਕਿੰਨਾ ਪੈਸਾ ਆਇਆ ਅਤੇ ਕਿੱਥੇ ਗਿਆ, ਉਹ ਸਾਰਾ ਕੁਛ ਆਪਾਂ ਸਭ ਵੀ ਦੇਵਾਂਗੇ, ਰਾਈਟ। ਸੋ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਥੈਂਕ ਯੂ ਸੋ ਮੱਚ, ਬੜੀ ਪ੍ਰੇਜ਼ ਦਿੰਦੇ ਹੋ, ਮਤਲਬ ਰੀਅਲੀ ਐਪਰੀਸ਼ੀਏਟ ਕਰਦੇ ਹੋ, ਫੋਨ ਕਰਕੇ ਚੀਜ਼ਾਂ ਦੱਸਦੇ ਹੋ, ਡਿਸਕਸ ਕਰਦੇ ਹੋ, ਅਤੇ ਮੇਰੇ ਵਾਸਤੇ ਵੀ ਇਹ ਬਹੁਤ ਵਧੀਆ ਹੌਸਲਾ ਅਫਜਾਈ ਹੁੰਦੀ ਹੈ ਕਿ ਮੈਂ ਇੱਥੇ ਹੋਰ ਕੰਮ ਕਰਾਂ ਅਤੇ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓਜ਼ ਲੈ ਕੇ ਆਵਾਂ। ਸੋ ਇਹ ਵਾਲੀ ਵੀਡੀਓਜ਼ ਜਿਹੜੀ ਹੈਗੀ ਆ OHS ਬਾਰੇ ਹੈਗੀ ਆ, ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਆ। ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਇੱਕ ਇਹੋ ਜਿਹਾ ਪੋਲਿਸੀਜ਼ ਐਂਡ ਪ੍ਰੋਸੀਜਰ ਆ ਜਿਹੜਾ ਕਿ ਆਪਦੇ ਇੰਪਲੋਈਜ਼ ਨੂੰ ਸੇਫ ਰੱਖਣ ਵਾਸਤੇ ਅਤੇ ਹੈਲਥੀ ਰੱਖਣ ਵਾਸਤੇ ਯੂਜ਼ ਕੀਤਾ ਜਾਂਦਾ ਵਾ, ਜਿਹਦੇ ਵਿੱਚ ਓਵਰਆਲ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ। ਇਕੱਲੀ ਇੱਕ ਚੀਜ਼ ਨਹੀਂ ਕਿ ਜੇ ਆਪਾਂ ਗੱਲ ਕਰੀਏ, ਸਿਰਫ ਇੱਕ ਚੀਜ਼ ਹੁੰਦੀ ਆ ਕਿ ਇਕੱਲਾ ਇੰਸੀਡੈਂਟ ਜਿੱਦਾਂ ਹੁੰਦਾ ਕਿ ਮੋਸਟਲੀ ਕਈ ਜਾਣੇ ਕਹਿੰਦੇ ਕਿ ਇੰਸੀਡੈਂਟ ਨੂੰ ਕੰਟਰੋਲ ਕਰਨ ਵਾਸਤੇ, ਸਹੀ ਹੈ, ਮਤਲਬ ਵਰਕ ਪਲੇਸ 'ਤੇ ਕੋਈ ਇੰਸੀਡੈਂਟ ਨਾ ਹੋਵੇ, ਕੋਈ ਇੰਜਰੀਜ਼ ਨਾ ਹੋਵੇ, ਉਹਨੂੰ ਅਵੋਇਡ ਕਰਨ ਵਾਸਤੇ ਇਹ ਚੀਜ਼ ਯੂਜ਼ ਕੀਤੀਆਂ। ਬਟ ਇਹਦੇ ਵਿੱਚ ਪੁਆਇੰਟ ਹੈਗੇ ਆ, ਜਿੱਦਾਂ ਪਹਿਲਾ ਪੁਆਇੰਟ ਮੈਂ ਗੱਲ ਕਰੂੰਗਾ ਕਿ ਸੇਫ ਵਰਕਿੰਗ ਇਨਵਾਇਰਮੈਂਟ ਹੋਣਾ ਚਾਹੀਦਾ, ਮਤਲਬ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਹਾਡੇ ਇੰਪਲੋਈਜ਼ ਕੰਮ ਕਰ ਰਹੇ ਆ, ਉਹ ਜਿਹੜਾ ਕਿਚਨ ਦਾ ਇਨਵਾਇਰਮੈਂਟ ਆ ਉਹ ਸੇਫ ਹੋਣਾ ਚਾਹੀਦਾ, ਜਿੱਥੇ ਤੁਹਾਡਾ ਸਟਾਫ ਸੇਫਲੀ ਕੰਮ ਕਰ ਸਕੇ। ਇਹ ਪਹਿਲਾ ਦਾ ਪੁਆਇੰਟ ਆ। ਦੂਜਾ ਦੇ ਵਿੱਚ ਹੁੰਦਾ ਕਿ ਰਿਡਿਊਸਿੰਗ ਇੰਜਰੀਜ਼, ਜਿੰਨੀਆਂ ਵੀ ਘਟਨਾ ਹੁੰਦੀਆਂ ਜਿੱਦਾਂ ਕਿ ਅੱਗ ਲੱਗ ਕੇ ਕਿਸੇ ਦੇ ਸੱਟ ਲੱਗ ਸਕਦੀ ਆ, ਪਾਣੀ ਡੁੱਲ ਕੇ ਜ਼ਿਆਦਾ ਕਿਸੇ ਸਲਿਪ ਐਂਡ ਟ੍ਰਿਪ ਹੋ ਸਕਦਾ ਵਾ, ਮੰਨ ਲਓ ਕੈਮੀਕਲ ਕਿਸੇ ਦੇ ਅੱਖਾਂ 'ਚ ਪੈ ਸਕਦਾ, ਦੇ ਆਰ ਸੋ ਮੈਨੀ ਥਿੰਗ, ਕਿਸੇ ਦੇ ਸੱਟ ਲੱਗ ਸਕਦੀ ਆ, ਡਿਲੀਵਰੀ ਚੱਕ ਕੇ ਕਿਸੇ ਦੇ ਬੈਕ ਪੇਨ ਹੋ ਸਕਦਾ, ਸੋ ਮੈਨੀ ਡਿਫਰੈਂਟ ਇੰਜਰੀਜ਼ ਕੈਨ ਹੈਪਨ। ਉਹਨਾਂ ਨੂੰ ਰਿਡਿਊਸ ਕਰਨ ਵਾਸਤੇ ਅਕੋਰਡਿੰਗ ਟੂ ਦਾ OHS ਪੋਲਿਸੀਜ਼ ਐਂਡ ਜਿਹੜੀਆਂ ਉਹਦੀਆਂ ਪੋਲਿਸੀਜ਼ ਹੁੰਦੀਆਂ ਉਹਨਾਂ ਨੂੰ ਇੰਪਲੀਮੈਂਟ ਕਰਕੇ ਆਪਾਂ ਇਹਨਾਂ ਨੂੰ ਘੱਟ ਕਰ ਸਕਦੇ ਹਾਂ, ਮਿਨੀਮਾਈਜ਼ ਕਰ ਸਕਦੇ ਹਾਂ ਥਰੂ ਦਾ ਰਿਡਿਊਸਿੰਗ ਇੰਜਰੀਜ਼, ਜਿਹੜਾ ਆਪਾਂ OHS ਇੰਪਲੀਮੈਂਟ ਕਰਦੇ ਹਾਂ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੋਸਟ ਰਿਡਕਸ਼ਨ। ਓਬਵੀਅਸਲੀ ਹੈ ਕਿ ਹਰੇਕ ਕੰਪਨੀ ਦਾ ਹੁੰਦਾ ਕਿ ਸਾਡੀ ਜਿਹੜੀ ਕੰਪਨੀ ਦੇ ਉੱਪਰ ਜਿੰਨੀਆਂ ਵੀ OHS ਹੁੰਦੀਆਂ, ਯਾਨੀ ਕੋਈ ਇੰਜਰੀ ਹੋਊਗੀ ਤਾਂ ਉਹ ਇੰਪਲੋਈ ਵਰਕ ਕਵਰ 'ਤੇ ਜਾਊਗਾ, ਵਰਕ ਕਵਰ 'ਤੇ ਜਾਊਗਾ ਤਾਂ ਓਬਵੀਅਸਲੀ ਇਹ ਕੰਪਨੀ ਦਾ ਖਰਚਾ ਹੋਊਗਾ, ਕੰਪਨੀ ਨੂੰ ਸਾਰਾ ਬੀਅਰ ਕਰਨਾ ਪਊਗਾ। ਇਸੇ ਚੀਜ਼ ਨੂੰ ਅਗਰ ਆਪਾਂ ਕੋਸਟ ਰਿਡਕਸ਼ਨ ਕਰਾਂਗੇ, ਲੈਟਸ ਏ ਕਿ ਅਗਰ ਆਪਾਂ ਉਸ 'ਤੇ ਕੰਟਰੋਲ ਕਰਾਂਗੇ, ਆਪਾਂ ਜ਼ਿਆਦੀਆਂ ਇੰਜਰੀਜ਼ ਨਹੀਂ ਹੁੰਦੀਆਂ, ਸੋ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਆਪਣੀ ਕੰਪਨੀ ਆ ਉਹਦੀ ਜਿਹੜੀ ਕੋਸਟ ਆ ਘੱਟ ਹੋਊਗੀ, ਰਾਈਟ। ਉਹ ਕੋਸਟ ਕਿਤੇ ਆਪਣੇ ਪੋਜ਼ਿਟਿਵ ਵੇ 'ਚ ਲੱਗ ਸਕਦੀ ਹੈ ਕਿ ਹੋਰ ਵਧੀਆ ਇਕਿਊਪਮੈਂਟ ਆ ਸਕਦੇ ਆ, ਸੇਫਟੀ ਇੰਪਰੂਵ ਹੋ ਸਕਦੀ ਆ, ਅਤੇ ਕਿਚਨ ਦਾ ਇਨਵਾਇਰਮੈਂਟ ਵੀ ਵਧੀਆ ਹੋ ਸਕਦਾ ਅਗਰ ਉਹ ਕੋਸਟ ਜ਼ਿਆਦਾ ਨਹੀਂ ਯੂਜ਼ ਹੁੰਦੀ। ਸੋ ਤੀਜਾ ਚੌਥਾ ਇਹਦੇ ਵਿੱਚ ਹੈਗਾ ਵਾ ਕਿ ਇੰਪਰੂਵਡ ਬਿਜ਼ਨਸ ਓਪਰਚੁਨਿਟੀਜ਼, ਠੀਕ ਹੈ, ਕਿ ਜੇ ਮੰਨ ਲਓ ਆਪਣੇ ਇਹਦੇ ਵਿੱਚ
ਘੱਟ ਇੰਜਰੀਜ਼ ਹੁੰਦੀਆਂ ਵਾ, ਫਿਰ ਕੀ ਹੁੰਦਾ ਕਿ ਉਹ 'ਚ ਜੇ ਤੂੰ ਆਪਦੀ ਔਰਗਨਾਈਜੇਸ਼ਨ ਦੀ ਰੈਪੂਟੇਸ਼ਨ ਅਤੇ ਆਪਦੀ ਔਰਗਨਾਈਜੇਸ਼ਨ ਜਿਹੜੀਆਂ ਟੈਕਨੀਕਸ ਆ ਉਹਨੂੰ ਵੀ ਤੁਸੀਂ ਅੱਗੇ ਜਾ ਕੇ ਡਿਵੈਲਪ ਕਰ ਸਕਦੇ ਹੋ। ਇਹਦੇ ਕੀ ਪੁਆਇੰਟਸ ਦੀ ਮੈਂ ਗੱਲ ਕਰ ਰਿਹਾ ਜਿਹੜੇ ਅੰਦਰ ਜੁੜੇ ਹੋਏ ਆ, ਰਾਈਟ, ਕਿ ਅਗਰ ਤੁਸੀਂ OHS ਨੂੰ ਫੋਲੋ ਕਰਦੇ ਹੋ, ਪੋਲਿਸੀਜ਼ ਐਂਡ ਪ੍ਰੋਸੀਜਰ ਨੂੰ ਫੋਲੋ ਕਰਦੇ ਹੋ, ਉਹਦੇ ਤਾਂ ਉਹਦੇ ਵਿੱਚ ਕੀ ਚੀਜ਼ਾਂ ਤੁਸੀਂ ਕਰ ਸਕਦੇ ਹੋ, ਐਂਡ ਉਹਦੇ ਨਾਲ ਜਿਹੜੀ ਬਿਜ਼ਨਸ ਦੀ ਰੈਪੂਟੇਸ਼ਨ ਆ ਉਹ ਵੀ ਵੱਧ ਸਕਦੀ ਆ, ਬਿਜ਼ਨਸ ਦੇ ਖਰਚੇ ਵੀ ਘੱਟ ਸਕਦੇ ਆ, ਪਲੱਸ ਹੋਰ ਅਪੋਰਚੁਨਿਟੀਜ਼ ਹੋਣਗੀਆਂ, ਬਿਜ਼ਨਸ ਨੂੰ ਹੋਰ ਜ਼ਿਆਦਾ ਵਧੀਆ ਅਤੇ ਅਟਰੈਕਟਿਵ ਬਣਾਇਆ ਜਾ ਸਕਦਾ ਐਜ਼ ਕੰਪੇਅਰ ਟੂ ਅਦਰਸ। ਅਤੇ ਲਾਸਟਲੀ ਇਹਦੇ ਵਿੱਚ ਕਹੂੰਗਾ ਕਿ ਇੱਕ ਲੀਗਲ ਕੰਪਲਾਈਂਸ ਵੀ ਆ, ਕਿ ਹਰੇਕ ਕੰਪਨੀ ਦਾ, ਹਰੇਕ ਔਰਗਨਾਈਜੇਸ਼ਨ ਦਾ ਇੱਕ ਲੀਗਲ ਕੰਪਲਾਈਂਸ ਆ, ਕਿ ਜਿਨ੍ਹਾਂ ਨੂੰ OHS ਫੋਲੋ ਕਰਨਾ ਪੈਂਦਾ ਫੋਰ ਦੇਅਰ ਸਟਾਫ ਸੇਫਟੀ, ਫੋਰ ਦੇਅਰ ਸੇਫ ਹੈਲਥ, ਤਾਂ ਕਰਕੇ ਇਹ ਵਾਲੀਆਂ ਪੋਲਿਸੀਜ਼ ਬਣਾਈਆਂ ਜਾਂਦੀਆਂ ਵਾ, ਜਿਹਦੇ ਕਰਕੇ ਹਰੇਕ ਔਰਗਨਾਈਜੇਸ਼ਨ ਨੂੰ ਮੰਡੇਟ ਹੁੰਦਾ ਵਾ ਕਿ ਉਹਨਾਂ ਨੂੰ ਫੋਲੋ ਕਰਨ। ਅਗਰ ਤੁਹਾਨੂੰ OHS ਦੇ ਬਾਰੇ ਹਜੇ ਵੀ ਕੋਈ ਕੰਸਰਨ ਹੈਗਾ, ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇਸ ਵੀਡੀਓ ਥੱਲੇ, ਕੋਈ ਵੀ ਕੁਸ਼ਚਨ ਪੁੱਛ ਸਕਦੇ ਹੋ, ਕੋਈ ਵੀ ਤੁਹਾਡੀ ਕੁਰੀਜ਼ ਹੈਗੀ ਉਹ ਪੁੱਛ ਸਕਦੇ ਹੋ, ਐਂਡ ਆਈ ਐਮ ਹੈਪੀ ਟੂ ਆਨਸਰ ਯੋਰ ਕੁਸ਼ਚਨਸ। ਤੁਹਾਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਜੇ ਵੀਡੀਓ ਵਧੀਆ ਲੱਗੀ ਹੋਏ ਤਾਂ ਸ਼ੇਅਰ ਕਰਨਾ ਨਾ ਭੁੱਲਣਾ, ਲਾਈਕ ਕਰਨਾ ਨਾ ਭੁੱਲਣਾ, ਅਤੇ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਲਿਆ ਹੋਣਾ, ਆਈ ਐਮ ਵੈਰੀ ਮੱਚ ਸ਼ੋਰ। ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।